ਸੋ ਬਿਲਕੁਲ ਜੀ ਪੰਜਾਬੀ ਟੇਸ਼ਨ ਨਾਲ ਜੁੜੇ ਹੋ ਤੇ ਮੈਂ ਜੱਸੀ ਵੜਾਇਆ ਸੋ ਤੋਂ ਦੋਸਤਾਂ ਤੁਹਾਨੂੰ ਉਹ ਚਿਹਰੇ ਨਾਲ ਮਿਲਾਵਾਂਗੇ ਜੋ ਚਿਹਰਾ ਆਪਣੇ ਅਕਸਰ ਆਪਾਂ ਰੀਲਾਂ ਦੇ ਵਿੱਚ ਵੇਖਦੇ ਆ ਇਹਨਾਂ ਦੀ ਆਪਾਂ ਵਲੌਗ ਵੇਖਦੇ ਆ ਵੀਡੀਓ ਵੇਖਦੇ ਆ ਬਾਈ HS ਬਾਈ ਸਤਿ ਸ਼੍ਰੀ ਅਕਾਲ HS ਥੈਂਕ ਯੂ ਮੇਰਾ HS ਵੀ ਨਾਮ ਹੈਗਾ ਹਰਪ੍ਰੀਤ ਸਿੰਘ ਬਲ ਮੇਰੇ ਮਤਲਬ ਫੁੱਲ ਮਤਲਬ ਕਿ ਪੂਰਾ ਨਾਮ ਮੇਰਾ ਹਰਪ੍ਰੀਤ ਸਿੰਘ ਬਲ ਹੈਗਾ ਉਹਦੀ ਸ਼ਾਰਟ ਫਾਰਮ ਲਿਖੀ ਹੋਈ ਹੈ ਮੈਂ HS ਵੀ ਹਾਂਜੀ ਸੋ ਮਿਲੀਅਨ ਬਾਈ ਉਹਨਾਂ ਦੇ ਫਾਲੋਅਰ ਨੇ ਹਨਾ ਸੋ ਵੀਰੇ ਮਿਲੀਅਨ ਸਬਸਕ੍ਰਾਈਬਰ ਔਨ YouTube मैं ये कहाँ पूछा मतलब कदों तो स्ट्रगल कर रहे हो ना एकदम तो इन्हें नहीं हो सकते कदों तो लगे नहीं एक्चुअली मैं यूट्यूब करते हुए मैं 21 साल होया पर उस तो पहले मैं मतलब मूवी नाल फिल्म सिटी नाल टीवी शोज नाल मैं जुड़े हैं पहले मैं डे टू डेट किया है उसके बाद लव स्कूल किया है उसके बाद मैं स्पिट्स विला रोडीज़ के ना ऑडिशन वगैरह तक गया सीगा बट उस दे बाद मैं आउट ऑफ कंट्री चले गया तो उस दे बाद मतलब कि मैं उन्हें हटा दिता हूँ साल होया मैं हमने मैं बाहरों ही आया सीगा यूके तो तो मैं यूट्यूब यूट्यूब शुरू किया तो बहुत वधिया मतलब रिस्पोंस मिले मैनू तो वैसे मैं बेसिकली मोटो व्लॉग करदा तो सुपर बाइक्स के उत्ते BMW S1000 RR सी उस तो पहले हायाबूसा सी तो हुण मैं मेन ना बेसिकली बाइक्स से व्लॉग करदा सुपर बाइक्स के उत्ते ਵੀਰੇ ਹੁਣ ਤੱਕ ਜਿਵੇਂ ਪੁੱਛਾਂ ਕਿੱਥੇ ਕਿੱਥੇ ਤੁਸੀਂ ਜਿਹੜੀ ਆਪਣੀ ਬਾਈਕ ਦੇ ਉੱਤੇ ਜਾ ਕੇ ਅੱਛਾ ਮੈਂ ਟਰੈਵਲਿੰਗ ਕਰਦਾ ਮੈਂ ਟਰੈਵਲਿੰਗ ਬਹੁਤ ਘੱਟ ਕਰਦਾ ਵੈਸੇ ਮੈਂ ਸਿਟੀ ਵਲੌਗਸ ਕਰਦਾ ਮੈਂ ਜ਼ਿਆਦਾਤਰ ਨਾ ਮਤਲਬ ਲੋਕਾਂ ਦੀ ਹੈਲਪਸ ਹੋ ਜੇ ਅਤੇ ਮਤਲਬ ਲੋਕਾਂ ਨੂੰ ਨਾ ਮਤਲਬ ਇੱਕ ਸਕ੍ਰਿਪਟਿਡ ਵੀਡੀਓ ਬਣਾ ਕੇ ਉਹਨਾਂ ਨੂੰ ਮਤਲਬ ਕਿ ਅਵੇਅਰ ਕਰਨ ਵਾਲਾ ਵੀ ਕੰਮ ਮੈਂ ਕਰਦਾ ਹੈਗਾ ਅਤੇ ਦੂਜੀ ਗੱਲ ਮੈਂ ਲਦਾਖ ਵੀ ਕੀਤਾ ਹੋਇਆ ਬਟ ਮੈਂ ਮਤਲਬ ਲਦਾਖ ਗਿਆ ਸੀਗਾ ਉਹਦੇ ਬਾਅਦ ਮਤਲਬ ਮੈਂ ਪੂਰਾ ਸਰਕਿਟ ਕੀਤਾ ਹੈਗਾ ਲਦਾਖ ਹੋ ਗਿਆ ਉਹਦੇ ਬਾਅਦ ਸਪਿਤੀ ਹੋ ਗਿਆ ਉਸਦੇ ਬਾਅਦ ਆਪਣਾ ਪੈਂਗੋਂਗ ਲੇਕ ਹੋ ਗਿਆ ਤਾਂ ਮਤਲਬ ਪੂਰੀ ਮੈਂ ਕੀਤਾ ਹੋਇਆ ਉਹ ਵੀ ਲਦਾਖ ਵੀ ਕੀਤਾ ਹੋਇਆ ਵੀਡੀਓ ਨਾਲ ਗੱਲ ਕਰਦੇ ਸੀ ਨਾ ਪਹਿਲਾਂ ਮਤਲਬ ਇਹ ਚੀਜ਼ ਨੂੰ ਤੁਸੀਂ ਕੀ ਵੇਖਦੇ ਹੋ ਫੁੱਲ ਟਾਈਮ ਵੇਖਦੇ ਹੋ ਜਾਂ ਪਾਰਟ ਟਾਈਮ ਵੇਖਦੇ ਲੋਕੀ ਇਹਨੂੰ ਫੁੱਲ ਟਾਈਮ ਵੀ ਦੇਖ ਰਹੇ ਨੇ ਉਹ ਤੁਹਾਡੀ ਤੁਹਾਡੇ ਉੱਤੇ ਹੈ ਕਿ ਤੁਸੀਂ ਮਤਲਬ ਕਿ ਕਿੰਨਾ ਚੁੱਕਰਾ ਹੁਣ ਜਿਹੜੇ ਕਈ ਯੂਟਿਊਬਰ ਅਦਰ ਨੇ ਉਹ ਫੁੱਲ ਟਾਈਮ ਕਰ ਰਹੇ ਨੇ ਔਰ 50% ਲੋਕੀ ਅੱਧਾ ਦੇ ਵੀ ਨੇ ਮੇਰੇ ਵਰਗੇ ਕਿ ਜਿਹੜੇ ਫੁੱਲ ਟਾਈਮ ਨਹੀਂ ਕਰਦੇ ਮੇਰਾ ਦੂਜਾ ਵੀ ਕੰਮ ਹੈਗਾ ਤੇ ਮਤਲਬ ਮੇਰੇ ਹੋਰ ਵੀ ਬਿਜ਼ਨਸ ਨੇ ਦੋ ਬਿਜ਼ਨਸ ਮੇਰੇ ਹੋਰ ਨੇ ਯੂਟਿਊਬ ਦੇ ਇਲਾਵਾ ਮਤਲਬ ਮੈਂ ਉਹਨੂੰ ਇੱਕ ਪਾਰਟ ਟਾਈਮ ਸੋਚਦਾ ਹੈਗਾ ਪਹਿਲਾਂ ਨਾ ਪੰਜਾਬ 'ਚ ਨਹੀਂ ਸੀ ਹੁੰਦੇ ਯੂਟਿਊਬਰ ਪਹਿਲਾਂ ਅਸੀਂ ਬਾਹਰ ਹੀ ਵੇਖ ਲੈਂਦੇ ਸੀ ਨਾ ਵਲੌਗ ਤੇ ਹੁਣ ਕੀ ਵੇਖਦੇ ਹੋ ਕਿ ਪੰਜਾਬ 'ਚ ਬੜਾ ਰੁਝਾਨ ਹੋ ਗਿਆ ਇੱਕਦਮ ਹੀ ਯੂਟਿਊਬਰ ਦਾ ਮਤਲਬ ਕਿ ਨਾ ਜਿਹੜੀ ਤੁਸੀਂ ਗੱਲ ਬੋਲੀ ਹੈ ਬਹੁਤ ਹੀ ਵਧੀਆ ਬੋਲੀ ਮੈਨੂੰ ਬਹੁਤ ਵਧੀਆ ਲੱਗੀ ਕਿ ਆਪਣਾ ਸਾਡਾ ਕਹਿਣ ਦਾ ਮਤਲਬ ਹੈ ਕਿ ਇੰਡੀਆ ਦੇ ਅੰਦਰ ਨਾ ਤੇ ਪੰਜਾਬ ਦੇ ਅੰਦਰ ਕਿ ਇਹ ਚੀਜ਼ ਨੂੰ ਨਾ ਬਹੁਤ ਵਧਾਵਾ ਦਿੱਤਾ ਜਾ ਰਿਹਾ ਕਿ ਲੋਕੀ ਮਨਾ ਨਹੀਂ ਕਰ ਰਹੇ ਜਿਵੇਂ ਮਮ ਡੈਡ ਮਨਾ ਨਹੀਂ ਕਰ ਰਹੇ ਕਿ ਸਾਡਾ ਬੱਚਾ ਕਰ ਰਿਹਾ ਯੂਟਿਊਬ ਬਹੁਤ ਵਧੀਆ ਫਿਊਚਰ ਹੈਗਾ ਇਹਦੇ ਉੱਤੇ ਚੰਗੀ ਸਮਝ ਵੀ ਚੰਗਾ ਹੋਣਾ ਚਾਹੀਦਾ ਬਹੁਤ ਬਹੁਤ ਬਿਲਕੁਲ ਮੈਂ ਬਹੁਤ ਜ਼ਿਆਦਾ ਮੈਂ ਸਪੋਰਟ ਕਰਦਾ ਮਤਲਬ ਮੈਂ ਮੀਟਅਪਸ ਰੱਖਦਾ ਉੱਥੇ ਲੋਕੀ ਆਉਂਦੇ ਨੇ ਮੈਂ ਉਹਨਾਂ ਦੇ ਵਲੌਗ ਦਾ ਨਾਮ ਲੈਣਾ ਕਿ ਤੁਸੀਂ ਕਰੋ ਉਹ ਬਹੁਤ ਵਧੀਆ ਚੀਜ਼ ਹੈਗੀ ਹੈ ਉਹਨੂੰ ਤੁਸੀਂ ਵਧੀਆ ਢੰਗ ਨਾਲ ਕਰੋ ਲੋਕਾਂ ਨੂੰ ਮਤਲਬ ਕਿ ਹੁਣ ਸਾਡਾ ਇੰਡੀਆ ਇੰਨੀ ਤਰੱਕੀ ਕਰ ਰਿਹਾ ਪੰਜਾਬ ਇੰਨੀ ਤਰੱਕੀ ਕਰ ਹੁਣ ਸਿੰਗਰਸ ਦੇਖੋ ਕਿੱਧਰ ਦੇ ਕਿੱਧਰ ਪਹੁੰਚ ਗਏ ਨੇ ਸਿੰਗਰਸ ਹੁਣ ਦੇਖੋ ਕਿ ਪਹਿਲੇ ਲੋਕੀ ਸਿੰਗਰਸ ਨੂੰ ਬਸ ਸਟੇਜ ਤੇ ਚੜਿਆ ਤੇ ਗਾ ਕੇ ਚਲੇ ਗਿਆ ਹੁਣ ਇਹ ਹਿਸਾਬ ਹੋ ਗਿਆ ਕਿ ਬੰਦਾ ਸਿੰਗਰ ਨੂੰ ਦੇਖਣ ਹੀ ਜਾਂਦੇ ਨੇ ਉਹਨੂੰ ਦੇਖਦੇ ਹੀਰੋ ਦੇ ਨਜ਼ਰੀਏ ਨਾਲ ਕਿ ਅਸੀਂ ਆਪਾਂ ਇੱਕ ਹੀਰੋ ਨੂੰ ਦੇਖ ਰਹੇ ਹਾਂ ਉਹ ਸਰ ਜਿੱਦਾਂ ਤੁਸੀਂ ਕਿਹਾ ਵੀ ਕੰਪੀਟੀਸ਼ਨ ਵੀ ਬਹੁਤ ਜ਼ਿਆਦਾ ਹੋ ਗਿਆ ਨਾ ਸੋ ਸਪੋਰਟ ਕਰਦੇ ਹੋ ਇੱਕ ਦੂਜੇ ਨੂੰ ਜਾਂ ਨਹੀਂ ਹੁੰਦਾ ਇਸ ਲਾਈਨ ਦੇ ਵਿੱਚ ਨਹੀਂ ਨਹੀਂ ਬਿਲਕੁਲ ਬਿਲਕੁਲ ਹੁੰਦਾ ਸਪੋਰਟ ਕਰਦੇ ਹੁਣ ਵੀਰ ਮੈਨੂੰ ਵੀਰਾ ਮੈਂ ਇਹਨਾਂ ਦੇ ਵਲੌਗਸ ਪਹਿਲੇ ਵੀ ਵੇਖਦਾ ਸੀਗਾ ਤੇ ਮਤਲਬ ਕਿ ਨਾ ਵੀਰ ਬਹੁਤ ਪਹਿਲੇ ਦਾ ਲੱਗਾ ਹੋਇਆ ਮੁੰਡਾ ਤੇ ਬਹੁਤ ਵਧੀਆ ਲੱਗਦੇ ਨੇ ਹੁਣ ਆ ਕੇ ਮਿਲਿਆ ਬਹੁਤ ਵਧੀਆ ਨਾ ਮਤਲਬ ਐਵੇਂ ਮਿਲੇ ਆ ਕਿ ਜਿਵੇਂ ਮੈਨੂੰ ਲੱਗ ਹੀ ਨਹੀਂ ਰਿਹਾ ਕਿ ਮੈਂ ਫਸਟ ਟਾਈਮ ਮਿਲਿਆ ਹੈਗਾ ਜੈਲਸ ਵੀ ਹੁੰਦੀ ਆ ਬਾਈ ਇਹ ਤਾਂ ਮੈਨੂੰ ਜ਼ਿਆਦਾ ਫਾਲੋਅਰ ਨੇ ਮੈਂ ਇਹਨੂੰ ਕਿਉਂ ਪ੍ਰਮੋਟ ਕਰਾਂ ਜਾ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਐਦਾਂ ਦਾ ਕੁਝ ਨਹੀਂ ਮਤਲਬ ਕਿ ਆਪਾਂ ਮੀਟਅਪਸ ਵੀ ਰੱਖਦੇ ਹਾਂ ਸਾਡੇ ਕੋਲ 1000 ਫਾਲੋਅਰਸ ਵਾਲੇ ਵੀ ਆਉਂਦੇ ਨੇ ਕਹਿੰਦੇ ਪਾਜੀ ਹਮਾਰੇ ਚੈਨਲ ਦਾ ਨਾਮ ਲਓ ਤੇ ਯਾਰ ਅਸੀਂ ਜ਼ਰੂਰ ਲੈਣੇ ਆ ਕੋਈ ਜੈਲਸੀ ਵਾਲੀ ਗੱਲ ਐਦਾਂ ਦੀ ਕੋਈ ਨਹੀਂ ਚੰਗੀ ਗੱਲ ਹੈ ਨਾ ਕਿ ਤੁਸੀਂ ਪ੍ਰਮੋਟ ਕਰਦੇ ਬਹੁਤ ਵਧੀਆ ਲੱਗਦਾ ਜਿੱਦਾਂ ਤੁਸੀਂ ਫਿਲਮ ਲੈਣ ਨਾਲ ਚਲੋ ਤੁਹਾਡਾ ਟੈਲੀਵਿਜ਼ਨ ਨਾਲ ਤੁਹਾਡਾ ਸੰਬੰਧ ਰਿਹਾ ਹੈਗਾ ਹਨਾ ਤੇ ਹੁਣ ਜੇ ਮੈਂ ਵਖਾਂ ਤਾਂ ਚੱਲ ਰਿਹਾ ਕੋਈ ਪ੍ਰੋਜੈਕਟ ਕਿ ਫਿਲਮਾਂ ਦੇ ਵਿੱਚ ਜਾ ਕੇ ਮੂਵੀ ਦਾ ਬਹੁਤ ਜਲਦੀ ਪ੍ਰੋਜੈਕਟ ਕਰਾਂਗੇ ਮਤਲਬ ਕਿ ਨਾ ਰੋਲ ਆ ਰਹੇ ਨੇ ਮੈਨੂੰ ਮਿਲ ਰਹੇ ਨੇ ਛੋਟੇ ਰੋਲ ਮਿਲ ਰਹੇ ਨੇ ਪਰ ਮੈਂ ਖੁਦ ਹੀ ਨਾ ਉਹ ਮਤਲਬ ਕਰ ਨਹੀਂ ਰਿਹਾ ਮੈਂ ਚਾਹੁੰਦਾ ਕਿ ਕੋਈ ਵੱਡਾ ਰੋਲ ਮਿਲੇ ਮੈਨੂੰ ਥੋੜਾ ਜਿਹਾ ਪਹਿਲਾਂ ਮੈਂ ਬਾਈ ਨੂੰ ਸਵਾਲ ਪੁੱਛਿਆ ਸੀ ਪਹਿਲਾਂ ਸਾਡੇ ਸਟਾਰ ਹੁੰਦੇ ਸੀ ਉਹ ਟੈਲੀਵਿਜ਼ਨ 'ਚ ਆ ਗਏ ਨਾ ਸਾਡੇ ਹੀਰੋਜ਼ ਸੀਗੇ ਜਦੋਂ ਤੁਹਾਡੇ ਚਿਹਰੇ ਵੇਖਦੇ ਆ ਅਸੀਂ ਨਾ ਤੁਹਾਡੇ ਇੰਨੇ ਫਾਲੋਅਰ ਨੇ ਫੈਨ ਫਾਲੋਇੰਗ ਇਹ ਚੀਜ਼ ਤਾਂ ਸਾਬਤ ਹੋ ਗਈ ਕਿ ਆਮ ਘਰ ਦਾ ਬੰਦਾ ਵੀ ਸਟਾਰ ਬਣ ਸਕਦਾ ਹੁਣ ਮੈਂ ਦੱਸਦਾ ਕਿ ਮੇਰਾ ਫਸਟ ਟਾਈਮ ਹੈ ਮੈਨੂੰ ਇਧਰ ਇਵੈਂਟ ਤੇ ਸੱਦਿਆ ਗਿਆ ਤੇ ਮਤਲਬ ਲੋਕੀ ਆਉਣ ਲਈ ਤਰਸਦੇ ਨੇ ਤੇ ਮਤਲਬ ਮੈਂ ਇੱਕ ਯੂਟਿਊਬਰ ਆ ਮੇਰੇ ਕੋਲ ਉਹ ਪਲੇਟਫਾਰਮ ਹੈਗਾ ਤੇ ਮਤਲਬ ਕਿ ਨਾ ਉਹਨਾਂ ਨੇ ਮੈਨੂੰ ਸੱਦਿਆ ਹੈਗਾ ਮੈਨੂੰ ਆਪ ਕਾਲ ਕੀਤੀ ਹੈ ਕਿ ਤੁਸੀਂ ਇਵੈਂਟ ਕਰਨ ਇਵੈਂਟ ਤੇ ਆਣਾ ਸਾਡੀ ਮੂਵੀ ਪ੍ਰਮੋਟ ਕਰਨੀ ਹੈ ਉਹਨਾਂ ਨੇ ਕਿਉਂ ਬੋਲਿਆ ਕਿਉਂਕਿ ਸਾਡੇ ਕੋਲ ਪਲੇਟਫਾਰਮ ਹੈ ਆਈ ਹੈਵ 1 ਮਿਲੀਅਨ ਸਬਸਕ੍ਰਾਈਬਰ ਔਨ ਯੂਟਿਊਬ ਤੇ ਉਹਨਾਂ ਨੇ ਮੇਰਾ ਯੂਟਿਊਬ ਦੇਖਾ 3 ਲੱਖ ਮੇਰੇ ਉੱਤੇ ਹੋਣ ਵਾਲੇ ਨੇ ਇੰਸਟਾਗ੍ਰam ਦੇ ਉੱਤੇ ਤੇ ਮਤਲਬ ਕਿ ਉਹਨਾਂ ਨੇ ਮੇਰੀ ਉਹ ਚੀਜ਼ ਵੇਖੀ ਤੇ ਕਿ ਤੁਸੀਂ ਆਪਣਾ ਇੰਨਾ ਵਧੀਆ ਤੁਹਾਡਾ ਪਲੇਟਫਾਰਮ ਹੈ ਔਰ ਤੁਹਾਡੀ ਇੰਨੀ ਵਧੀਆ ਫਾਲੋਇੰਗ ਹੈ ਤੁਸੀਂ ਆ ਕੇ ਸਾਡੀ ਮੂਵੀ ਪ੍ਰਮੋਟ ਕਰੋ ਇਹ ਬਹੁਤ ਬਹੁਤ ਵੱਡੀ ਗੱਲ ਸੀਗੀ ਮੇਰੇ ਲਈ ਬਹੁਤ ਵੱਡੀ ਗੱਲ ਸੀ ਹਾਂਜੀ ਥੈਂਕ ਯੂ ਭਾਈ ਆਪਾਂ ਫਿਰ ਮਿਲਦੇ ਹਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਨੰਬਰ